ਸਬਸਕ੍ਰਾਈਬ ਬਟਨ 'ਤੇ ਕਲਿੱਕ ਕਰੋ ਅਤੇ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲੋ ਟਰੂਮੈਨ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ। ਨਿਕਲੇ ਦੇਖੀ ਮਿਲਦੇ ਆ ਦੇਖ ਮਿਲਾ ਕੇ ਪਿੱਛੇ ਮਿਲ ਗਿਆ ਅਗਲਾ ਬੋਲ ਕਿਹੜਾ 94-95-15 ਅਗਲਾ ਬੋਲ ਕੀ ਹੈ 25-97-78 ਆਹ ਪਹਿਲੇ ਦੀ ਪਏ 25-97-78 ਫੜ ਅਗਲਾ ਬੋਲ ਅਗਲਾ ਹੈਗਾ 046-097 046-097 ਅਗਲਾ ਬੋਲ ਹੈਗਾ ਜੀ 35-28-13 35-28-13 ਪਟਵਾਰੀ ਕਿੱਧਰ ਨੂੰ ਗਿਆ ਵੀ ਹੁਣ ਮੈਨੂੰ ਪਤਾ ਜੀ ਤੁਸੀਂ ਯਾਰ ਹੋਵੋ ਸਾਰੇ ਜਾਣੇ ਸਾਈਡ ਤੇ ਚਲੋ ਕਿੱਥੇ ਪਟਵਾਰੀ ਪਟਵਾਰੀ ਪੁੱਛਦਾ ਕਿੱਥੇ ਆ ਇਹ ਪੈਸੇ ਕਿਹਨੇ ਫੜਾਏ ਤੈਨੂੰ ਆਹ ਵਾਲੇ ਨੋਟ ਤੇਰੀ ਜੇਬ ਚ ਪਾ ਗਿਆ ਹੈ ਨਹੀਂ ਨਹੀਂ ਤੇਰੀ ਜੇਬ ਚ ਪੈਸੇ ਬੇਟਾ ਪਾਉਣ ਪਾ ਗਿਆ 10,000 ਰੁਪਈਆ ਕਿੱਥੋਂ ਫੜਿਆ ਦੱਸ ਬੱਚੂ ਤੂੰ ਇੱਧਰ ਆ ਕਿਹਨੂੰ ਫੜਾਏ ਪੈਸੇ ਤੈਂ ਕੀ ਗੱਲ ਹੋਈ ਤੇਰੀ ਇਹਦੇ ਨਾਲ ਕਿੰਨਾ ਤੇਰਾ ਕਿਹੜੇ ਕਾਗਜ਼ ਆ ਤੇ ਕਾਗਜ਼ ਕੱਢੋ ਕਿੱਥੇ ਕੱਢ ਚੱਲ ₹10,000 ਜੇ ਕਿਹਦੇ ਨਾਲ ਤੈਅ ਹੋਇਆ ਸੀ ਪਟਵਾਰੀ ਨਾਲ ਪਟਵਾਰੀ ਜੀ ਨੇ ਕਹਿਤਾ ਵੀ ਇਹਨੂੰ ਫੜਾ ਦੇ ਪੈਸੇ ਉਪਰਾਲੇ ਪਟਵਾਰੀ ਨੂੰ ਮਾਰਿਓ ਢੇਰੀ ਪਿੰਡ ਕਿੰਨੀ ਦੇਰ ਤੋਂ ਇੱਥੇ ਲੱਗੇ ਹੋ ਤੁਹਾਨੂੰ ਸ਼ਰਮ ਨੀ ਆਉਂਦੀ ਸਾਰਾ ਦਿਨ ਗਰੀਬ ਲੋਕਾਂ ਦੀ ਛਿੱਲ ਲਾਉਣੇ ਸ਼ਰਮ ਨੀ ਆਉਂਦੀ ਤੁਸੀਂ
ਤੇਰੇ ਨਾਲ ਗੱਲ ਕੀਤੀ ਸੀ ਫੋਨ ਤੇ ਤੁਸੀਂ ਕਿਹਾ ਸੀਗਾ ਵੀ 10000 ਰੁਪਏ ਕਿਸੇ ਗੱਲ ਦਾ ਮੰਗੇ ਮੈਂ ਕਿਹਾ ਸਰ ਸੋਰੀ ਇਹਨਾਂ ਨੇ ਤੁਹਾਡਾ ਨਾਮ ਹੀ ਲਿਆਗਾ ਮੈਂ ਕਿਹਾ ਨਾਮ ਜਿਹੜਾ ਮੇਰਾ ਨਾਮ ਲਵੇ ਉਹ ਨਹੀਂ ਲੈਣਾ ਨਹੀਂ ਸਰ ਨਹੀਂ 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 ਨਾਮ ਨਹੀਂ ਲੈਣਾ ਨਹੀਂ ਮੈਂ ਗੱਲ ਸੁਣ ਮੇਰੀ ਤਾਂ ਗੱਲ ਸੁਣੋ ਭਾਜੀ ਮੇਰੀ ਤਾਂ ਗੱਲ ਸੁਣੋ ਚਪਾ ਲੀਡਰ ਨਾ ਬਣ ਲੀਡਰ ਦੀ ਗੱਲ ਨਹੀਂ ਮੈਂ ਮਾਰਾਂਗੇ 20 ਤਰੇ ਸੱਤੇ ਸਰ ਤੁਸੀਂ ਮਾਰਨ ਮੈਂ ਇੱਥੇ ਬੈਠਾ ਜੁੱਤੀਆਂ ਮਾਰ ਲਓ ਸਰ ਤਾਂ ਤੇਰਾ ਖੈਰ ਜਾਂ ਕੋਈ ਪਾਉਂਦੀ ਤੈਨੂੰ ਕਰਾਉਣਾ ਦਰਾ ਨਹੀਂ ਕੀਤਾ ਕੀ ਨਾ 10000 ਲਿਆ ਨਹੀਂ ਹੈਗਾ ਨਹੀਂ ਦੇਵ ਨੇ ਪੈਸੇ ਨਹੀਂ ਲਏ ਭੱਜਿਆ ਕਿਉਂ ਉਹ ਭੱਜਿਆ ਨਹੀਂ ਨਹੀਂ ਗੱਲ ਭੱਜੇ ਦੀ ਗੱਲ ਨਹੀਂ ਕਿ ਪਰ ਇਹ ਜਿਹਨੇ ਦਿੱਤੇ ਤੈਨੂੰ ਪੈਸੇ ਭੱਜਿਆ ਕਿਉਂ ਮੈਂ ਤਾਂ ਕਿਤਾਬਾਂ ਬਣਾਉਂਦਾ ਵੀਰੇ ਕਿਤਾਬਾਂ ਬਣਾਉਂਦਾ ਭੱਜਿਆ ਕਿਉਂ ਇਹਦੀ ਜੇਬ ਦੇ ਵਿੱਚੋਂ 10000 ਸਾਡੇ ਨੰਬਰ ਨੋਟ ਕੀਤੇ ਹੋਏ ਪੁੱਛ ਲਓ ਜੀ ਇਹਦੀ ਜੇਬ ਚ ਹੁਣ ਇਹ ਤਾਂ ਗੱਲ ਜੀ ਮੈਂ ਤੇਰੇ ਸਾਹਮਣੇ ਕੱਢੇ ਹੋਏ ਇਹ ਸਾਹਮਣੇ ਨਹੀਂ ਕੱਢੇ ਪੁੱਛ ਨਹੀਂ ਮੁੰਡਾ ਉਹ ਮੁੰਡੇ ਨਾਲ ਦੀ ਗੱਲ ਨਹੀਂ ਮੇਰੇ ਨਾਲ ਗੱਲ ਨਹੀਂ ਸੀ ਕਿਤਾਬਾਂ ਮੇਰੇ ਨਾਲ ਫੋਨ ਤੇ ਮੇਰੇ ਨਾਲ ਗੱਲ ਕਰਾਈ ਨਾ ਇੱਕ ਮਿੰਟ ਫੋਨ ਕਰਾਈ ਸੀਗੀ ਮੈਂ ਤਾਂ ਕਹੀ ਨਾ ਇੱਕ ਮਿੰਟ ਠਹਿਰ ਜਾ ਉਹ ਤੂੰ ਗੱਲ ਸੁਣ ਆਰਾਮ ਨਾਲ ਹਾਂਜੀ ਜੇਬ ਚੋਂ ਪੈਸੇ ਮੈਂ ਕੱਢੇ ਆ ਗਏ ਜੇਬ ਤੋਂ ਨਹੀਂ ਨਿਕਲੇ ਜੀ ਭਾਈ ਕਿੱਥੋਂ ਨਿਕਲੇ ਆ ਨਿਕਲੇ 10000 ਨਹੀਂ ਨਿਕਲੇ ਜੀ ਆ ਕਿੱਥੇ ਨਿਕਲੇ ਕਿਹੜੀ ਜੇਬ ਚੋਂ ਕੱਢਿਆ ਤੇਰੀ ਜੋ ਦੱਸੋ ਭਾਈ ਕਿੱਥੋਂ ਨਿਕਲੇ ਆ ਨਹੀਂ ਨਿਕਲੇ ਕਿਸੇ ਦਾ ਵਾਪੀ ਦੱਸ ਕਿੱਥੋਂ ਨਿਕਲੇ ਆ ਮੈਂ ਨਾ ਲੋਕਾਂ ਤੋਂ ਕੁੱਟੜ ਕੁੱਟ ਕਰ ਰਹਿਣੀਆਂ ਉਹ ਨਾ ਵੀ ਕੁੱਟ ਕਰੀ ਮਾਰ ਲੋ ਕਿਹੜੀ ਗੱਲ ਕਿੱਥੋਂ ਨਿਕਲੇ ਆ ਕਿਹੜੀ ਜੇਬ ਚੋਂ ਕੱਢਿਆ ਵੱਡਾ ਪੈਸਾ ਕਿਹੜੀ ਜੇਬ ਚੋਂ ਕੱਢਿਆ ਦੱਸ ਜਦੋਂ ਨੰਬਰ ਮਲਾਇਆ ਕਿਹੜੀ ਜੇਬ ਚੋਂ ਕੱਢਿਆ ਦਾ ਨੋਟ ਕਿਹੜੀ ਜੇਬ ਵੀਡੀਓ ਦੇ ਚਲਦੇ ਦੌਰਾਨ ਹੀ ਕੱਢਿਆ ਤੇਰੀ ਜੇਬ ਚੋਂ ਪੈਸੇ ਉਹ ਕਹਿੰਦਾ ਜੇ ਤਾਂ ਇਹਦੇ ਵਿੱਚ ਆਈ ਜਾਂਦੀ ਆ ਤੂੰ ਆਪਾਂ ਚੁੱਪ ਕਰਕੇ ਖੜ ਜਾ ਚੁੱਪ ਪਏ ਆਪਾਂ ਚੁੱਪ ਸ਼ਰਮ ਨਹੀਂ ਆਉਂਦੀ ਤੈਨੂੰ ਲੱਗ ਜਾਣਾ ਮੈਂ ਸੁਣ ਮੇਰੀ ਗੱਲ ਆ 10000 ਰੁਪਏ ਤੈਨੂੰ ਕਿੰਨੇ ਮਿਲਣੇ ਆ 5700 ਰੁਪਏ ਤੇ ਪਟਵਾਰੀ ਦੀ ਜਿਹੜੀ ਆ ਤੇ ਤੂੰ ਜਾਨ ਬਚਾਉਣ ਵਾਸਤੇ ਆਪਣੇ ਫਿਊਚਰ ਨੂੰ ਜੋਖਮ ਚ ਪਾਉਣ ਲੱਗਿਆ ਹੈ ਚਲੋ ਤੂੰ ਕਿਤਾਬਾਂ ਫੜਾਉਣਾ ਪਾਣੀ ਪਿਆਉਣਾ ਅਲੱਗ ਗੱਲ ਆ ਪਰ ਆਹ ਦਲ ਪੁਣਾ ਤਾਂ ਨਾ ਕਰ ਹੁਣ ਪਟਵਾਰੀ ਆ ਸਾਰੇ ਲੋਕ ਖੜੇ ਆ ਪਟਵਾਰੀ ਦੌੜ ਗਿਆ ਇੱਥੋਂ ਜਦੇ ਜੇ ਪਟਵਾਰੀ ਸੱਚਾ ਹੁੰਦਾ ਤੇ ਪਟਵਾਰੀ ਬਹਿੰਦਾ ਭੱਜਿਆ ਕਿਉਂ 10 ਮਿੰਟ ਪਹਿਲੇ ਗੱਡੀ ਲੈ ਕੇ ਗਿਆ ਮੈਂ ਤਾਂ ਹੀ ਕਹਿੰਦਾ ਵੀ ਜੇ ਉਹ ਸੱਚਾ ਸੀ ਉਹ ਬੈਠਦਾ ਲਿਆ ਫੜਾ ਫੋਨ ਦੇ ਵਿੱਚ ਦਈ ਹਾਂਜੀ ਗੁਰਪਿਆਰ ਜੀ ਸਤਿ ਸ੍ਰੀ ਅਕਾਲ ਜੀ ਲੋਕਾਂ ਦੀ ਛਿੱਲ ਲਾਉਣ ਲੱਗੇ ਹੋਏ ਨਾ ਰੋਜ਼ ਦੋ ਚਾਰ ਸ਼ਿਕਾਇਤਾਂ ਇਹ ਨੀ ਯਾਰ ਫੜ ਕੇ ਮਿੰਟੂ ਤੇਰਾ ਨਾਮ ਤੇਰਾ ਕੀ ਨਾਂ ਕਾਕੇ ਹੈ ਕਿੱਥੇ ਰਹਿੰਦੇ ਹੋ ਤੁਸੀਂ ਮੁੱਲਾਂਪੁਰ ਦੇ ਇੱਥੇ ਕੰਮ ਕਰਨ ਆਉਂਦੇ ਤਨਖਾਹ ਕਿੰਨੀ ਮਿਲਦੀ ਹੈ ਹੈ 5000 ਮੁੱਲਾਂਪੁਰ ਤੋਂ ਇੱਥੇ ਤੱਕ ਬੰਦਾ 5000 ਚ ਨੌਕਰੀ ਕਰਨ ਆਉਂਦਾ ਤੇ ਮੇਰਾ ਖਿਆਲ 5000 ਤੋਂ ਵੱਧ ਕਿਰਾਇਆ ਲੱਗਦਾ ਆਹ ਕੁੱਤੇ ਕੰਮ ਕਰਨ ਆ ਨੌਕਰੀ ਥੋੜ੍ਹੀ ਕਰਨ ਆਉਣਾ ਤੂੰ ਪਟਵਾਰੀਆਂ ਦੇ ਦਲਾਲੀ ਕਰਨ ਵਾਸਤੇ ਲੋਕਾਂ ਦੀ ਛਿੱਲ ਲਾਉਣ ਵਾਸਤੇ ਆਉਂਦੇ ਆਓ ਜੀ ਪਟਵਾਰੀ ਸਾਹਿਬ ਇੱਧਰ ਆਓ ਤੁਸੀਂ ਵੀ ਤੁਸੀਂ ਤਾਂ ਪ੍ਰਧਾਨ ਹੋ ਯਾਰ ਨਾ ਆਇਆ ਥੱਲੇ ਦੇ ਲੋਕੀ ਤੁਸੀਂ ਵੀ ਇੱਕ ਜ਼ਿੰਮੇਵਾਰ ਰੋਲ ਮਾਡਲ ਹੋ ਮੇਰੀ ਬੇਨਤੀ ਸੁਣੋ ਮੇਰੀ ਗੱਲ ਨੂੰ ਸੁਣ ਲਓ ਮੂਵੀ ਵੀ ਤੁਹਾਡੀ ਆ ਇਹ ਨਹੀਂ ਜਾਣੀ ਤੁਸੀਂ ਪ੍ਰਧਾਨ ਹੋ ਨਾ ਮੈਂ ਪ੍ਰਧਾਨ ਹਾਂ ਜੀ ਪ੍ਰਧਾਨ ਹੋ ਤੁਹਾਡਾ ਤਾਂ ਵੱਧ ਜ਼ਿੰਮਾ ਬਣਦਾ ਜਾਣਦਾ ਜੀ ਜ਼ਿੰਮਾ ਆ ਕੀ ਹੁੰਦਾ ਉੱਪਰ ਬੈਠਾ ਜੀ ਮੈਂ ਦਫ਼ਤਰ ਵਿੱਚ ਹੁੰਦਾ ਕੀ ਹੈ ਇੱਥੇ ਅਸੀਂ ਨਾ ਤੁਹਾਡੇ ਤਾਂ ਐਡਾ ਪ੍ਰਾਊਡ ਕਰਦੇ ਹਾਂ ਵੀ ਯਾਰ ਚਲੋ ਪ੍ਰਧਾਨ ਜਿਹੜੇ ਆ ਉਹ ਕਮ ਸੇ ਕਮ ਵਧੀਆ ਕੰਮ ਕਰਦੇ ਆ ਕਵਰ ਹੋ ਗਿਆ ਤੁਸੀਂ ਹੋ ਗਏ ਠੀਕ ਹੈ 10000 ਰੁਪਇਆ ਮੁੰਡੇ ਦੀ ਮਾਤਾ ਦੀ ਡੈਥ ਹੋਈ ਤੇ ਇਹ ਤੁਸੀਂ ਬੰਦ ਨਹੀਂ ਕਰਾ ਸਕਦੇ ਪਟਵਾਰੀ ਸਾਹਿਬ ਮੂਵੀ ਪੱਤਰਕਾਰਾਂ ਨੂੰ ਰੋਕ ਲਓ ਜੇ ਤੁਸੀਂ ਰੋਕ ਸਕਦੇ ਮੈਂ ਪੱਤਰਕਾਰ ਹਾਂ ਜੀ ਪੱਤਰਕਾਰ ਹਾਂ ਜੀ ਠੀਕ ਹੈ ਬਾਕੀ ਹਾਂ ਜੀ ਕੀ ਗੱਲ ਕੋਈ ਨੋਟੀਫਿਕੇਸ਼ਨ ਲੈਣਾ ਨਹੀਂ ਮੈਂ ਤਾਂ ਹੀ ਕਹਿੰਦਾ ਕੋਈ ਨੋਟੀਫਿਕੇਸ਼ਨ ਲੈਣਾ ਮੂਵੀ ਬਣੂਗੀ ਅਦਲਾ ਤੇ ਯਾਰ ਤੁਸੀਂ ਪ੍ਰਧਾਨ ਹੋ ਕਮ ਸੇ ਕਮ ਆ ਕੇ ਸਮਾਂ ਲੋਕਾਂ ਦੀ ਐਡਰੈਸਲ ਕਰੋ ਵੀ ਦੱਸੋ ਵੀ ਆ ਪ੍ਰੋਬਲਮ ਆਈ ਆ ਮੈਂ ਹੱਲ ਕਰਾ ਕੇ ਦਿੰਦਾ ਤੁਸੀਂ ਦੱਸੋ ਮੈਨੂੰ ਮੈਂ ਹੱਲ ਆ 10000 ਰੁਪਇਆ ਆ ਮੁੰਡੇ ਕੋਲੋਂ 10000 ਰੁਪਇਆ ਲਿਆ ਮੇਰੀ ਗੱਲ ਸੁਣੋ ਕਿਹਦੇ ਲਿਆ ਜੀ ਕਿਹੜੇ ਮੁੰਡੇ ਨੇ ਲਿਆ ਦੱਸ ਬੇਟਾ ਕਿਹਨੇ ਲਿਆ ਹਾਂ ਵੀ ਤੂੰ ਕਿੱਥੇ ਲੱਗਿਆ ਹੋਇਆ ਹੈ ਕਿਹੜੇ ਪਟਵਾਰੀ ਨਾਲ ਲੱਗਿਆ ਕਿਹੜੇ ਪਟਵਾਰੀ ਨਾਲ ਲੱਗਿਆ ਮੈਂ ਤੈਨੂੰ ਪੁੱਛ ਰਿਹਾ ਕੁਛ ਜਵਾਬ ਦੇ ਮੈਨੂੰ ਸੋਢੀ ਬਾਈ ਸੋਢੀ ਦਾ ਕੀ ਨਾਮ ਆ ਸੁਖਵਿੰਦਰ ਬਾਈ ਨੇ ਕਿੱਥੇ ਲੱਗੇ ਨੇ ਉਹ ਗਿੱਲਾ ਲੱਗੇ ਮੈਂ ਤਾਂ ਤੈਨੂੰ ਦੇਖਿਆ ਨੀ ਹੈਗਾ ਰਿਕਾਰਡ ਫੜਾਉਣਾ ਮੈਂ ਤਾਂ ਤੈਨੂੰ ਕਦੇ ਦੇਖਿਆ ਨੀ ਅੱਜ ਤੱਕ ਮੈਨੂੰ 2 ਮਹੀਨੇ ਹੋ ਗਏ ਉਹਦੇ ਲੱਗੇ ਨੂੰ ਮੈਂ ਤਾਂ ਕਦੇ ਤੈਨੂੰ ਦੇਖਿਆ ਨੀ ਉਹਦੇ ਲੱਗੇ ਨੂੰ
ਮਹੀਨਾ ਹੋ ਗਿਆ ਮੈਂ ਤਾਂ ਤੈਨੂੰ ਦੇਖਿਆ ਨੀ ਮੈਂ ਦੋ ਮਹੀਨੇ ਹੋ ਗਏ ਮੈਂ ਗੱਲਬਾਤ ਚ ਲੱਗਿਆ ਹੋਇਆ ਉੱਪਰ ਮੈਂ ਰੋਜ਼ ਆਉਂਦਾ ਰੋਜ਼ ਬੈਠਦਾ ਮੈਂ ਤਾਂ ਤੈਨੂੰ ਕਦੇ ਦੇਖਿਆ ਨੀ ਇਹਦੀ ਤਨਖਾਹ 5000 ਰੁਪਇਆ ਦੱਸਦਾ ਬੁੱਲਾਪੁਰ ਤੋਂ 5000 ਲੀ ਸਾਹਿਬ ਬ੍ਰਦਰ ਸਿਮਰਜੀਤ ਬੈਂਸ ਬੋਲਦਾ ਹੈ ਜੀ ਬਹੁਤ ਵਧੀਆ ਜੀ ਤੁਸੀਂ ਠੀਕ ਹੋ ਯਾਰ ਮੈਂ ਨਾ ਪਟਵਾਰ ਖਾਨਾ ਗਿੱਲ 2 ਐਂਡ ਇੱਥੇ ਐਡੀ ਕੁ ਵੱਡੀ ਪੱਧਰ ਦੇ ਉੱਤੇ ਸਵੇਰ ਤੋਂ ਸ਼ਾਮ ਤੱਕ ਆਹੀ ਕੁਛ ਚੱਲਦਾ 10000 ਰੁਪਇਆ ਵਿਰਾਸਤ ਇੰਤਕਾਲ ਦਾ ਪਟਵਾਰੀ ਜੀ ਨੱਠ ਗਏ ਤੇ ਚੇਲੇ ਦੀ ਜੇਬ ਚ ਜਿਹੜਾ ਪ੍ਰਾਈਵੇਟ ਆਪਣਾ ਹੈਲਪਰ ਰੱਖਿਆ ਉਹਦੀ ਜੇਬ ਚ 10000 ਰੁਪਇਆ ਪਵਾਇਆ ਨੰਬਰ ਕਰੰਸੀ ਦੇ ਨੋਟ ਕੀਤੇ ਹੋਏ ਸੀ ਐਂਡ ਇਹਦੇ ਕੋਲੋਂ ਅਸੀਂ ਲੈ ਲਏ ਪੈਸੇ ਹੁਣ ਗਿੱਲ 2 ਵਾਲਾ ਪਟਵਾਰੀ ਕਿੱਥੇ ਆ ਉਹਦੇ ਵਿਰੁੱਧ ਕੀ ਤੁਸੀਂ ਕਾਰਵਾਈ ਕਰਨੀ ਆ ਕੀ ਇਹ ਜਿਹੜੇ ਪ੍ਰਾਈਵੇਟ ਬੰਦੇ ਇੱਦਾਂ ਦੇ ਰੱਖੇ ਆ ਜਿਨ੍ਹਾਂ ਦੇ ਜ਼ਰੀਏ ਪੈਸੇ ਲੈ ਰਹੇ ਆ ਇਹਨਾਂ ਦੇ ਵਿਰੁੱਧ ਕੀ ਕਾਰਵਾਈ ਕਰਨੀ ਹੈ ਮੈਂ ਦੱਸਣ ਲਈ ਤੁਹਾਨੂੰ ਫੋਨ ਕੀਤਾ ਮੈਂ ਬਾਕੀ ਜਿਹੜੇ ਨੋਟ ਲਾਈਵ ਵੀਡੀਓ ਉਹ ਤੁਹਾਨੂੰ ਸੈਂਡ ਕਰ ਦਿੰਦਾ ਹਾਂ ਹੁਣ ਮੈਂ ਉੱਥੇ ਖੜਾ ਜੀ ਹਜੇ ਇਹਦਾ ਬੇਟਾ ਨਾਮ ਤੇ ਨੰਬਰ ਲਿਖ ਲਓ ਲਿਖਾ ਨਾਮ ਕੀ ਇੱਕ ਪਰਚੀ ਦੇ ਉੱਤੇ ਆਪਣਾ ਨਾਮ ਪਿਤਾ ਦਾ ਨਾਮ ਐਡਰੈਸ ਤੇ ਟੈਲੀਫੋਨ ਨੰਬਰ ਇਹ ਲਿਖ ਦੇਣਾ ਪੈਨ ਨਾਲ ਲਿਖ ਦੇ ਯਾਰ ਪੈਨ ਪਟਵਾਰੀ ਕਹਿ ਕੇ ਗਿਆ ਕਹਿੰਦਾ ਜੀ ਭੱਜ ਜਾ ਤੂੰ ਪਟਵਾਰੀ ਇਹ ਤੋਂ ਬਾਹਰ ਪਿੱਛੋਂ ਦੀ ਨਿਕਲਿਆ ਪਟਵਾਰੀ ਵੀ ਪਟਵਾਰੀ ਵੀ ਬਾਅਦ ਚ ਭੱਜਿਆ ਲਾਰੀ ਦੇ ਮਗਰ ਪਟਵਾਰੀ ਨਾਲ ਹੀ 5000 ਰੁਪਏ ਕੀ ਕਰਨ ਆਉਣਾ ਹੁਣ ਸਾਰੇ ਸਮਝ ਗਏ 5000 ਜਿਹੜਾ ਬੰਦਾ ਮੁੱਲਾਂਪੁਰ ਤੋਂ ਇੱਥੇ ਨੌਕਰੀ ਕਰਨ ਆਉਂਦਾ ਉਹ ਨੌਕਰੀ ਨਹੀਂ ਕਰਨ ਆਉਂਦਾ ਦਲ ਪੁਣਾ ਕਰਨ ਆਉਂਦਾ ਉਹ ਲੋਕਾਂ ਦੀਆਂ ਜੇਬਾਂ ਮੁੰਨਣ ਆਉਂਦਾ 15000 ਮਹੀਨੇ ਹੋਰ ਪਿਆ5000 ਤਨਖਾਹ ਮੁਲਾਜ਼ਮ ਸਵੇਰ ਦੇ ਨੇ ਕਿੰਨੇ ਬੱਕਰੇ ਵੱਡੇ ਹੁਣ ਤੁਹਾਨੂੰ ਕਿੰਨੀ ਵਾਰੀ ਤੁਹਾਨੂੰ ਇਨਫੋਰਮ ਹੋਣਾ ਚਾਹੀਦਾ ਤੁਹਾਨੂੰ ਕਿੰਨੀ ਵਾਰੀ ਕਿਹਾ ਬਾਹਰ ਬੋਰਡ ਲਵਾਏ ਵੀ ਯਾਰ ਜੇ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਆ ਨੰਬਰਾਂ ਦੇ ਸੰਪਰਕ ਕਰੋ ਬੋਰਡ ਹੀ ਪੱਟਦਾ ਹੈ ਬੋਰਡ ਪਾੜ ਦੁਬਾਰਾ ਤੀਜੀ ਵਾਰੀ ਲਵਾਇਆ ਦੋ ਵਾਰੀ ਬੋਰਡ ਪਾੜਦਾ ਤੀਜੀ ਵਾਰੀ ਫੇਰ ਲਵਾਇਆ ਵੀ ਚਲੋ ਕਿਤੇ ਨਾ ਕਿਤੇ ਗਰੀਬ ਇਹ ਸ਼ਿਮਲਾਪੁਰੀ ਚ ਹੈ ਕੀ ਹੈ 8000 10000 5000 ਆਹ ਤਨਖਾਹ ਵਾਲੇ ਲੋਕ ਡੀਸੀ ਦਾ ਡੀਸੀ ਸਾਹਿਬ ਓਨੈਸਟ ਆਦਮੀ ਹੈ ਉਹ ਸਵੇਰੇ ਲੈਕਚਰ ਦਿੰਦਾ ਸਾਰਿਆਂ ਨੂੰ ਯਾਰ ਤੁਸੀਂ ਲੋਕਾਂ ਦੇ ਕੰਮ ਦਿਆਨਦਾਰੀ ਤੇ ਇਮਾਨਦਾਰੀ ਨਾਲ ਕਚੜਬਾਰੀ ਘਟਾਓ ਸਾਨੂੰ ਆਉਣ ਦੀ ਲੋੜ ਕਿਉਂ ਪਵੇ ਸਾਨੂੰ ਚਿੱਟ ਦੇਣ ਦੀ ਲੋੜ ਕਿਉਂ ਪਵੇ ਸਾਨੂੰ ਟੈਲੀਫੋਨ ਦੀ ਲੋੜ ਕਿਉਂ ਪਵੇ ਕਦੇ ਨਹੀਂ ਆਇਆ ਤੁਹਾਡਾ ਟੈਲੀਫੋਨ ਯੈਸ ਨਹੀਂ ਆਇਆ ਤੁਸੀਂ ਕੰਮ ਕਰਦੇ ਤਾਂ ਹੀ ਨਹੀਂ ਆਇਆ ਨਹੀਂ ਆਇਆ ਇੱਥੇ ਆਉਣਾ ਪੈ ਗਿਆ ਤਾਂ ਹੀ ਨਹੀਂ ਆਇਆ ਇੱਥੇ ਆਉਣਾ ਪੈ ਗਿਆ ਠੀਕ ਹੈ ਜੀ ਇੱਥੇ ਆਉਣਾ ਪੈ ਗਿਆ ਜੇ ਤੁਸੀਂ ਕੰਮ ਕਰਦੇ ਹੋ ਤੁਹਾਡੇ ਕੋਲ ਆਉਣ ਦੀ ਲੋੜ ਨਹੀਂ ਪਈ ਸਾਹਿਬ ਨੂੰ ਮੁੰਡਾ ਕਹਿੰਦੇ ਆ ਜਦੋਂ ਤੁਹਾਡਾ ਫੋਨ ਆਇਆ ਮੈਨੂੰ ਕਹਿੰਦਾ ਪੈਸੇ ਦੀ ਲੋੜ ਨਹੀਂ ਦੁਬਈ ਦਾ ਫੋਨ ਆ ਗਿਆ ਜਦੋਂ 10000 ਨਹੀਂ ਲੈਣਾ ਫੇਰ ਨਹੀਂ ਹਟਿਆ ਟੈਲੀਫੋਨ ਕੀਤਾ ਮੰਨਦਾ ਵੀ ਬਾਈ ਤੁਸੀਂ ਫੋਨ ਕਰਦਾ ਇਹਨੂੰ ਕਹਿੰਦਾ ਤੇਰੇ ਕੋਲ 10000 ਨਹੀਂ ਲੈਣਾ ਪਰ ਕੰਮ ਨਹੀਂ ਕੀਤਾ ਅੱਜ ਉਹ ਪੈਸੇ ਦੇਣਾ ਵੀ ਆ ਲੈ ਯਾਰ ਪੜ ਹੁਣ 2 ਮਹੀਨੇ ਡੇਢ ਹੋ ਗਿਆ ਫੋਨ ਕੀਤੇ ਨੂੰ ਵੀ ਨਹੀਂ ਗੱਲ ਬਣਦੀ ਪੈਸੇ ਦਾ ਲਾ ਕਰਾਓ ਚੰਗਾ ਜੀ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੀ ਬੇਨਤੀ ਸੁਣੋ ਸਾਰੇ ਯਾਰ ਪੈਸੇ ਨਾ ਦਿਆ ਕਰੋ ਤੁਹਾਡੇ ਇਲਾਕੇ ਦੀ ਪੂਰੀ ਦੁਨੀਆਂ ਦੇ ਵੱਸਦੇ ਪੰਜਾਬੀਆਂ ਦੇ ਵਿੱਚ ਪਿਆਰ ਦੀ ਧੁੰਮ ਪੈਂਦੀ ਆ ਕਿਉਂ ਪੈਸੇ ਦਿੰਦੇ ਜੀ ਬਾਰਦੇ ਤੀਜੀ ਵਾਰ ਅਰੇ ਕਾ ਦੇਖੋ ਜੀ ਆ ਤੇਰੀ ਪਰਚੀ ਲੱਗੀ ਹੈ 3 ਮਹੀਨੇ ਹੋ ਗਏ ਮੇਰੇ ਬਾਰਦੇ ਆ ਤੇ ਅੰਤਕਾਲੀ ਚੜਾ ਰਹੇ
ਪ੍ਰਧਾਨ ਜੀ ਕਰੋ ਨੋਟ ਆ ਤਿੰਨ ਮਹੀਨੇ ਹੋ ਗਏ ਮੈਨੂੰ ਕਿਹੜੇ ਕੰਮ ਤੇ ਤੁਹਾਡੀ ਪਰਚੀ ਲੱਗੀ ਆ ਨਾਲ ਕਰਾਓ ਜੀ ਨਾਲ ਆ ਵੀ ਮਸਲਾ ਹੱਲ ਕਰਵਾ ਦਿੰਦੇ ਆ ਕੋਈ ਕਰਵਾ ਦਿੰਦੇ ਆ ਮੈਨੂੰ ਕਰਵਾ ਦਿੰਦੇ ਆ ਕਰਾ ਕੇ ਦੇ ਹਾਂ ਬੇਟਾ ਅੱਛਾ ਤੁਸੀਂ ਅੱਜ ਕੋਈ ਪੈਸਾ ਕੀ ਕਰਾਉਣ ਆਏ ਸੀ ਅੱਜ ਆ ਵੀ ਕਹੋ ਜੀ ਮੁੰਡੇ ਨੂੰ ਦਿਓ ਇੱਧਰ ਪਟਵਾਰੀ ਸਾਹਿਬ ਨੂੰ ਫੜਾਓ ਇਹ ਕੋਈ ਭੈਣ ਜੀ ਪੈਸਾ ਨਾ ਕਿਸੇ ਨੂੰ ਦਿਓ ਮੈਂ ਨਾ ਬਾਹਰ ਇਸੇ ਲਈ ਵੋਟ ਲਾਇਆ ਵੀ ਕੋਈ ਬੰਦਾ ਪੈਸੇ ਮੰਗਦਾ ਕਮ ਸੇ ਕਮ ਟੈਲੀਫੋਨ ਦਾ ਕਰ ਦੇਣਾ ਵੀ ਆ ਬੰਦਾ ਪੈਸੇ ਮੰਗ ਰਿਹਾ ਕਿੰਨੇ ਤੁਸੀਂ ਹੈਗੇ ਹੋ ਕੰਮ ਇਨਕਲਾਬ ਇਨਕਲਾਬ ਇਨਕਲਾਬ।